ਸਤਿ ਸ਼੍ਰੀ ਅਕਾਲ ਬੇਦੀ ਸਰ, ਸਤਿ ਸ਼੍ਰੀ ਅਕਾਲ ਗੁਪਤਾ ਮੈਮ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਸਰ ਜਦੋਂ ਹੱਸਦੇ ਸਾਂਦੇ ਉਹਦੇ ਆਡੀਸ਼ਨ ਸਟਾਰਟ ਹੋਏ ਸੀਗੇ ਅਤੇ ਆਪਣੇ ਹਿਤੇਨ ਬੇਰੀ ਸਰ ਜਿਹੜੇ ਕਿ ਡਾਇਰੈਕਟ ਕਰ ਰਹੇ ਨੇ ਅਤੇ ਨਾਲ ਸਿਮਰ ਮੈਮ, ਇਹਨਾਂ ਨੇ ਸਾਨੂੰ ਇੰਨਾ ਕੁ ਪ੍ਰੈਸ਼ਰਾਈਜ਼ ਕਰਤਾ, ਇੰਨਾ ਕੁ ਪ੍ਰੈਸ਼ਰਾਈਜ਼ ਕਰਤਾ। ਤੁਹਾਡੇ ਕੋਲ ਗੈਸਟ ਐਡਮਾਂ ਹੋਣਾ ਚਾਹੀਦੀਆਂ 15-15 ਮਿੰਟ ਦੀਆਂ, ਤੁਹਾਡੇ ਕੋਲ ਪੰਚ ਹੋਣੇ ਚਾਹੀਦੇ ਨੇ, ਤੁਹਾਡੇ ਕੋਲ ਆਈਟਮਸ ਹੋਣੇ ਚਾਹੀਦੇ ਨੇ, ਹਾਸਾ ਪੈਣਾ ਚਾਹੀਦਾ। ਅਸੀਂ ਆਡੀਸ਼ਨ ਦੇ ਕੇ ਘਰ ਗਏ ਹਾਂ, ਘਰ ਵੀ ਉਹੀ ਮਾਹੌਲ ਚੱਲ ਰਿਹਾ। ਹਾਲੇ ਘਰ ਪਹੁੰਚੇ ਹੀ ਹਾਂ, ਮੇਰੇ ਮੰਮੀ ਕਹਿੰਦੇ ਬੇਟਾ ਰੋਟੀ 'ਚ ਕੀ ਲੈ ਕੇ ਆਵਾਂ। ਮੈਂ ਕਿਹਾ ਮੰਮੀ 5-7 ਪੰਚ ਲਿਆਓ। ਉਹ ਕਹਿੰਦੇ ਬੇਟਾ ਪੰਚ ਕੀ ਹੁੰਦੇ ਨੇ? ਮੈਂ ਕਿਹਾ ਕਦੀ ਹਾਸਾ ਪਾਇਆ ਹੋਵੇ ਤਾਂ ਤੁਹਾਨੂੰ ਪਤਾ ਹੋਵੇ ਤੁਹਾਡਾ ਮੁੰਡਾ ਇੰਨਾ ਹਾਸਾ ਪਾਉਂਦਾ। ਜੇ ਮਹੀਨਾ ਕੁ ਹੋਇਆ ਪੰਚਾਂ ਤੋਂ ਗੱਲ ਮੁੱਕੀ ਹੈ, ਮੇਰੇ ਮੰਮੀ ਫਿਰ ਆ ਗਏ, ਕਹਿੰਦੇ ਬੇਟਾ ਤੇਰੀ ਦਿਮਾਗੀ ਹਾਲਤ ਠੀਕ ਨਹੀਂ ਲੱਗਦੀ, ਜਦੋਂ ਵੇਖ ਸ਼ੀਸ਼ੇ ਅੱਗੇ ਐਟਮਾਂ ਹੀ ਲਾਉਂਦਾ ਰਹਿੰਦਾ ਹੈ। ਮੈਂ ਤੇਰੇ ਵਾਸਤੇ ਕੁੜੀ ਪਸੰਦ ਕੀਤੀ ਹੈ ਸੋਹਣੀ ਜੀ, ਆ ਵੇਖ ਤੈਨੂੰ ਫੋਟੋ ਪਸੰਦ ਹੈ। ਮੇਰੇ ਦਿਮਾਗ 'ਤੇ ਫਿਰ ਉਹੀ ਪ੍ਰੈਸ਼ਰ। ਮੈਂ ਕਿਹਾ ਮੰਮੀ ਮੈਨੂੰ ਕੀ ਵਿਖਾਉਂਦੇ ਹੋ, ਬੇਦੀ ਸਾਹਿਬ ਨੂੰ ਦਿਖਾਓ, ਨੰਬਰ ਤਾਂ ਉਹਨਾਂ ਨੇ ਦੇਣੇ ਨੇ। ਲਓ ਜੀ ਚਲੋ ਇਹ ਗੱਲ ਮੁੱਕੀ। ਫਿਰ ਮੇਰੇ ਮੰਮੀ ਕਹਿੰਦੇ ਮਹੀਨੇ ਬਾਅਦ ਫਿਰ ਆ ਗਏ, ਕਹਿੰਦੇ ਬੇਟਾ ਤੇਰੇ ਸਿਰ 'ਤੇ ਹਾਲੇ ਵੀ ਪ੍ਰੈਸ਼ਰ ਨਹੀਂ ਮੁੱਕਿਆ, ਮੈਨੂੰ ਇੱਕ ਗੱਲ ਦੱਸ, ਆ ਕੁੜੀ ਤੈਨੂੰ ਪਸੰਦ ਆ ਕਿ ਨਹੀਂ? ਜੇ ਪਸੰਦ ਹੈ ਤਾਂ ਦੱਸ। ਮੈਂ ਕਿਹਾ ਮੰਮੀ ਕੁੜੀ ਤਾਂ ਮੈਨੂੰ ਪਸੰਦ ਹੈ, ਫਿਰ ਮੈਨੂੰ ਦੱਸ ਕਿ ਕੁੜੀ ਦੇ ਵਿੱਚ ਕੁਆਲਿਟੀ ਕੀ ਹੋਣੀ ਚਾਹੀਦੀ ਹੈ? ਮੈਂ ਕਿਹਾ ਕੁਆਲਿਟੀ ਹੋਣੀ ਚਾਹੀਦੀ ਹੋ ਜਾਵੇ ਕਿ 15-16 ਮਿੰਟਾਂ ਦੀ ਆਈਟਮ। ਜਦੋਂ ਰੋਡ 'ਤੇ ਚੱਲੇ ਤਾਂ ਨੀਨਾ ਗੁਪਤਾ ਮੈਡਮ ਇੰਨਾ ਕੁ ਹੱਸੇ, ਇੰਨਾ ਕੁ ਹੱਸੇ ਕਿ ਹੱਸ ਹੱਸ ਕੇ ਮੈਨੂੰ ਫਸਟ 'ਚ ਹੀ ਕੱਢ ਦੇਵੇ। ਸਰ ਇੱਕ ਆਈਟਮ ਸੁਣਾਉਣ ਜਾ ਰਿਹਾ ਤੁਹਾਨੂੰ। ਜ਼ਮਾਨਾ ਇੰਨਾ ਕੁ ਮਾਡਰਨਾਈਜੇਸ਼ਨ ਹੋ ਰਹੀ ਹੈ ਜ਼ਮਾਨੇ ਦੇ ਵਿੱਚ, ਇੰਨਾ ਕੁ ਹਾਈਟੈਕ ਹੋ ਰਿਹਾ, ਬਿਲਡਿੰਗਸ ਬਣ ਰਹੀਆਂ, ਮਾਲ ਬਣ ਰਹੇ ਨੇ। ਜਿਸ ਜਿਸ ਤਰੀਕੇ ਦੇ ਨਾਲ ਮਾਈਕਰੋ ਮਿੰਨੀ ਤੋਂ ਮਿੰਨੀ ਸਕਰਟ ਹੋਈ ਜਾ ਰਹੀ ਹੈ, ਉਸ ਤਰੀਕੇ ਦੇ ਨਾਲ ਇੱਕ ਟਾਈਮ ਇੱਦਾਂ ਦਾ ਆ ਜਾਣਾ ਫੈਸ਼ਨ ਦੇ ਦੌਰ ਦੇ ਵਿੱਚ, ਕੁੜੀਆਂ ਨੇ ਜਿਹੜੀ ਵੈਕਸਿੰਗ ਵਗੈਰਾ ਕਰਵਾਉਣੀ, ਜਿੰਨੇ ਵੀ ਆਈਬ੍ਰੋਜ਼ ਵਗੈਰਾ ਹੁੰਦੇ ਨੇ ਇਹਨਾਂ ਨੇ ਬੰਦ ਕਰ ਦੇਣੇ ਨੇ, ਨਵਾਂ ਸਟਾਈਲ ਆ ਜਾਣਾ। ਕੁੜੀਆਂ ਦੇ ਕਿੱਡੀ ਕਿੱਡੀ ਲੰਬੀ ਦਾੜ੍ਹੀ, ਕਿੱਡੀਆਂ ਕਿੱਡੀਆਂ ਲੰਬੀਆਂ ਮੁੱਛਾਂ ਜੇ, ਫਿਰ ਕੀ ਹੋਏਗਾ? ਕਰੀਨਾ ਕਪੂਰ ਗਈ ਹੈ ਸੈਫ ਅਲੀ ਖਾਨ ਨੂੰ ਮਿਲਣ, ਦੂਰੇ ਵੇਖ ਕੇ ਸੈਫ ਅਲੀ ਖਾਨ ਕਹਿ ਰਿਹਾ ਵਾਓ ਡਾਰਲਿੰਗ ਮੁੱਛਾਂ ਦਾ ਸਟਾਈਲ ਨਵਾਂ ਰੱਖ ਲਿਆ, ਮੈਨੂੰ ਦੱਸਿਆ ਹੀ ਨਹੀਂ। ਅੱਗੇ ਕਰੀਨਾ ਕਪੂਰ ਕਹਿ ਰਹੀ ਹੈ, ਕਹਿੰਦੀ ਸੋਨਿਆ ਮੈਂ ਤੈਨੂੰ ਕੀ ਦੱਸਾਂ, ਐਕਚੁਲੀ ਨਾ ਐਸ਼ਵਰਿਆ ਰਾਏ ਨੇ ਰੱਖਿਆ ਸੀਗਾ ਅਤੇ ਮੈਨੂੰ ਬੜੀ ਜੈਲਸ ਫੀਲ ਹੋਈ, ਉਹਦੇ ਵੱਲ ਵੇਖ ਕੇ ਮੈਂ ਵੀ ਚੇਂਜ ਕਰ ਲਿਆ। ਥੈਂਕ ਯੂ ਸਰ।